ਕੈਨੇਡਾ ਸਰਕਾਰ ਨੇ ਪਿਛਲੇ ਦਿਨੀ ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ ਜੋ ਕਿ 28 ਜਨਵਰੀ ਨੂੰ ਆਨਲਾਈਨ ਭਰੀਆਂ ਜਾਣੀਆਂ ਸਨ, ਜਿਸ ਤਹਿਤ 20,000 ਮਾਪਿਆਂ ਨੂੰ ਕੈਨੇਡਾ ਸਰਕਾਰ ਨੇ ਇਸ ਸਾਲ ਇਮੀਗ੍ਰੇਸ਼ਨ ਦੇਣੀ ਹੈ। ਪਰ ਇਹ ਆਨਲਾਈਨ ਅਰਜ਼ੀਆਂ 11 ਮਿੰਟਾਂ ਦੇ ਵਿੱਚ ਪੂਰੀਆਂ ਹੋ ਗਈਆਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਲੋਕ ਕੰਪਿਊਟਰ ਦੀ ਵਰਤੋਂ ਕਰਨਾ ਨਹੀਂ ਜਾਣਦੇ ਉਹ ਇਹ ਅਰਜ਼ੀਆਂ ਭਰਨ ਤੋਂ ਵਾਂਝੇ ਰਹਿ ਗਏ ਨੇ, ਅਤੇ ਇਹ ਸਾਰਾ ਕੀ ਪ੍ਰੋਸੈਸ ਸੀ ਅਤੇ ਇਸ ਵਿੱਚ ਕਿਸ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ ਨੇ, ਇਸ ਸੰਬੰਧੀ ਇਮੀਗ੍ਰੇਸ਼ਨ ਤੋਂ ਕੰਸਲਟੈਂਟ ਸੁਨੀਲ ਜੈਨ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ। ਬੇਸਿਕਲੀ 28 ਜਨਵਰੀ ਨੂੰ ਸਵੇਰੇ 9 ਵਜੇ ਇਹਨਾਂ ਨੇ ਸਟਾਰਟ ਕਰਨਾ ਸੀ, ਅਤੇ ਉਸ ਦੇ ਵਿੱਚ ਇਹਨਾਂ ਨੇ 20,000 ਫਾਈਲਾਂ ਲੈਣੀਆਂ ਸੀ। ਇੱਕ ਹਰ ਬੰਦੇ ਨੇ ਇੱਕ ਪ੍ਰੋਫਾਈਲ ਬਣਾਉਣਾ ਸੀ, ਇੱਕ ਲੋਟਰੀ ਸਿਸਟਮ ਹੈ, ਉਹਦੇ ਵਿੱਚੋਂ ਇਹਨਾਂ ਨੇ 20,000 ਬੰਦੇ ਚੁਣ ਕੇ ਉਹਨਾਂ ਨੂੰ ਇਨਵਾਈਟ ਕਰਨਾ ਵਾ ਪੇਰੈਂਟਸ ਨੂੰ ਜਿਹੜੇ ਕਰ ਸਕਦੇ ਆ। ਅਤੇ ਉਹ ਪ੍ਰੋਗਰਾਮ 9 ਵਜੇ ਸ਼ੁਰੂ ਹੋਇਆ ਅਤੇ ਆਲਮੋਸਟ 6:30 ਜਾਂ 7 ਮਿੰਟ ਦੇ ਅੰਦਰ ਅੰਦਰ ਹੀ ਪ੍ਰੋਗਰਾਮ ਜਿਹੜਾ ਬੰਦ ਹੋ ਗਿਆ। ਸੋ ਉਸ ਦੇ ਵਿੱਚ ਉਸ ਟਾਈਮ 27,000 ਲੋਕਾਂ ਨੇ ਜਿਹੜਾ ਇੰਟੈਂਟ ਟੂ ਅਪਲਾਈ ਹੈ ਉਹ ਅਪਲਾਈ ਕੀਤਾ, ਅਤੇ ਬੜੀ ਫਾਸਟ ਅਤੇ ਬੜਾ ਹੀ ਸਿਸਟਮ ਇਸ ਤਰ੍ਹਾਂ ਦਾ ਸੀ ਕਿ ਇੱਕ ਆਮ ਇਨਸਾਨ ਤੋਂ ਤਾਂ ਬਹੁਤ ਹੀ ਦੂਰ ਸੀ ਉਹ। ਅਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਕਿ ਜਿਹੜੇ ਬੜੇ ਪ੍ਰੋਫੈਸ਼ਨਲ ਸੀਗੇ ਉਹ ਵੀ ਬੜੀ ਮੁਸ਼ਕਿਲ ਦੇ ਨਾਲ 5-5, 6-6 ਫਾਈਲਾਂ ਜਾਂ 10-10 ਫਾਈਲਾਂ ਮੈਕਸੀਮਮ ਕਰ ਪਾਏ। ਜਿੰਨੇ ਕੰਪਿਊਟਰ ਆ ਉਹ ਇੱਕ ਬੰਦਾ ਇੱਕ, ਕਿਉਂਕਿ ਇੱਕ ਫਾਈਲ ਨੂੰ ਅਪਲੋਡ ਕਰਨ 'ਤੇ ਜਾਂ ਸਬਮਿਟ ਕਰਨ 'ਤੇ 3.5 ਤੋਂ 4 ਮਿੰਟ ਲੱਗਦੇ ਆ। ਸੋ ਜਿਹੜੇ ਬੰਦੇ ਨੇ ਇੱਕ ਕਰ ਲਈ ਉਹ ਦੂਸਰੀ ਨਹੀਂ ਕਰ ਸਕਦਾ, ਜਾਂ ਹੋ ਸਕਦਾ ਬਹੁਤ ਜ਼ਿਆਦਾ ਸਪੀਡ ਹੋਵੇ, ਕਿਉਂਕਿ ਅਪਲੋਡ ਕਰਨ 'ਤੇ ਵੀ ਸਪੀਡ ਟਾਈਮ ਲੈਂਦਾ ਹੈ, 1.5-2 ਮਿੰਟ ਅਪਲੋਡ ਕਰਨ ਨੂੰ ਲੱਗਦਾ ਹੁੰਦਾ, ਡਾਕੂਮੈਂਟ ਅਪਲੋਡ ਕਰਨਾ ਤਾਂ ਉਸ 'ਤੇ ਟਾਈਮ ਲੱਗਦਾ। ਤਾਂ ਉਸ ਨਾਲ ਇਹ ਜਿਹੜਾ ਸਿਸਟਮ ਹੈ ਮੈਨੂੰ ਨਹੀਂ ਵਧੀਆ ਲੱਗਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਐਲੀਜੀਬਲ ਲੋਕ ਨੇ ਜਿਹੜੇ ਉਹ ਬਹੁਤ ਸਾਰੇ ਰਹਿ ਗਏ। ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਹੋ, ਤੁਹਾਡੇ ਕੋਲ ਬਹੁਤ ਸਾਰੇ ਲੋਕਾਂ ਨੇ ਕਿਹਾ ਹੋਊਗਾ ਆਪਣੇ ਫੋਰਮ ਫਿਲ ਕਰਨ ਦੇ ਲਈ, ਤੁਸੀਂ ਕਿੰਨੇ ਕੁ ਫੋਰਮ ਫਿਲ ਕਰ ਸਕੇ? ਅਸੀਂ ਸਿਰਫ 6 ਫੋਰਮ ਫਿਲ ਕਰ ਪਾਏ, ਕਿਉਂਕਿ ਸਾਡੇ ਕੋਲ 6 ਕੰਪਿਊਟਰ ਸੀ, ਜਿਹੜੇ ਬਾਕੀ 6 ਸੀਗੇ ਅਸੀਂ ਕਰ ਰਹੇ ਸੀ ਜਦੋਂ ਕਿ ਅਸੀਂ ਅਪਲੋਡ ਕਰ ਰਹੇ ਸੀ ਉਦੋਂ ਹੀ ਆ ਗਿਆ ਸਿਸਟਮ ਕਿ ਦਾ ਕੈਪ ਹੈਜ਼ ਰੀਚਡ, ਅਤੇ ਹੁਣ ਅਸੀਂ ਹੋਰ ਕੋਈ ਫਾਈਲਾਂ ਨਹੀਂ ਲੈ ਸਕਦੇ। ਆਮ ਇਨਸਾਨ ਵਾਸਤੇ ਅਸੀਂ ਤਾਂ ਵੈਸੇ ਸਭ ਨੂੰ ਇਹੀ ਕਿਹਾ ਸੀ ਪਹਿਲਾਂ ਹੀ ਕਿ ਇਹ ਬੜਾ ਕ੍ਰਿਟੀਕਲ ਟਾਈਮ ਹੋਊਗਾ, ਅਸੀਂ ਜਿੰਨੀਆਂ ਕਰ ਸਕਾਂਗੇ ਕਰਾਂਗੇ, ਬਟ ਤੁਸੀਂ ਆਪ ਵੀ ਜ਼ਰੂਰ ਟਰਾਈ ਕਰਿਓ। ਹੁਣ ਉਹ ਜਿਹੜੇ 27,000 ਉੱਥੇ ਪਹੁੰਚੇ ਨੇ ਉਹਨਾਂ 'ਚ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹਨਾਂ ਦੀ ਡੁਪਲੀਕੇਟ ਵੀ ਹੋ ਗਈਆਂ। ਸੋ ਪਹਿਲਾਂ ਡੁਪਲੀਕੇਟ ਕੱਢਣਗੇ ਉਹਦੇ ਵਿੱਚੋਂ, ਫਿਰ ਸਿਲੈਕਟ ਕਰਨਗੇ ਉਹਨਾਂ 'ਚੋਂ। ਇਹਦੇ ਬਾਰੇ ਕੋਈ ਅਪਡੇਟ ਆਈ ਕਿ ਹੁਣ ਅੱਗੇ ਅਗਲਾ ਸਟੈਪ ਕੀ ਹੈ? ਨਹੀਂ, ਇਹਦੀ ਹਜੇ ਕੋਈ ਅਪਡੇਟ ਨਹੀਂ ਆਉਣੀ। ਦੇ ਆਰ ਦੇ ਵਿਲ ਟੇਕ ਸਮ ਟਾਈਮ, ਅਰਾਊਂਡ ਅਬਾਊਟ 1.5-2 ਮਹੀਨੇ ਲੈਣਗੇ ਇਸ ਗੱਲ ਨੂੰ। ਪਿਛਲੇ ਸਾਲ ਵੀ ਮਾਰਚ ਅਪ੍ਰੈਲ ਦੇ ਵਿੱਚ ਇਹਨਾਂ ਨੇ ਇਨਵੀਟੇਸ਼ਨਸ ਭੇਜੇ ਸੀ ਪੇਰੈਂਟਸ ਨੂੰ, ਜਿਨ੍ਹਾਂ ਨੇ ਸਿਲੈਕਟ ਕਰ ਲਿਆ ਸੀ, ਅਤੇ ਉਦੋਂ ਤੱਕ ਇਹ ਡੁਪਲੀਕੇਟ ਕੱਢਣਗੇ ਜਾਂ ਐਲੀਜੀਬਿਲਟੀ ਚੈੱਕ ਕਰਨਗੇ, ਅਤੇ ਐਲੀਜੀਬਿਲਟੀ ਚੈੱਕ ਕਰਨ ਤੋਂ ਬਾਅਦ ਇਹ ਫਾਈਨਲ ਉਹਨਾਂ ਨੂੰ ਇਨਵਾਈਟ ਭੇਜਣਗੇ। ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੈਗੇ, ਇਹ ਵੀ ਜ਼ਰੂਰੀ ਨਹੀਂ ਹੈਗਾ ਕਿ 20 ਦੇ 27 ਦੇ 27,000 ਜਿਹੜੇ ਹੋਏ ਆ ਇਹ 17 ਦੇ 17 ਸਹੀ ਹੋਣ। ਹੋ ਸਕਦਾ ਇਹਨਾਂ 'ਚੋਂ ਕਈ ਲੋਕਾਂ ਨੂੰ ਜਿਹੜੇ ਐਲੀਜੀਬਲ ਨਹੀਂ ਹੈਗੇ ਉਹਨਾਂ ਨੇ ਵੀ ਲਾਤੀ ਹੋਵੇ, ਰਾਈਟ? ਸੋ ਇਸ ਕਰਕੇ ਹੋ ਸਕਦਾ ਸਾਨੂੰ ਥੋੜ੍ਹੀ ਜਿਹੀ ਉਮੀਦ ਹੈ ਕਿ ਸ਼ਾਇਦ ਇਹ 5-7 ਹਜ਼ਾਰ ਬੰਦਿਆਂ ਦੀ ਦੁਬਾਰਾ, ਜਿਵੇਂ ਪਿਛਲੇ ਸਾਲ ਅਗਸਤ ਵਿੱਚ ਦੁਬਾਰਾ ਆਏ ਸੀ, ਤਾਂ ਦੁਬਾਰਾ ਆਉਣਗੇ ਉਹ ਬੰਦੇ। ਮਤਲਬ ਇਨਵਾਈਟ ਸ਼ਾਇਦ ਹੋ ਸਕਦਾ ਸਾਨੂੰ 5-7 ਹਜ਼ਾਰ ਦੁਬਾਰਾ ਵੀ ਅਨਾਊਂਸ ਕੀਤੇ ਜਾਣ ਇਹਨਾਂ ਤੋਂ, ਸ਼ਾਇਦ ਹੋ ਸਕਦਾ 2,000 ਹੀ ਹੋਣ। ਕਿਉਂਕਿ ਹੁਣ ਇਸ ਵਾਰੀ ਇਹਨਾਂ ਨੇ ਆਪਣੀ ਪਰ ਈਅਰ ਦੀ ਕੈਪੀਟਲ ਜਿਹੜੀ ਹੈਗੀ ਹੈ ਉਹ ਵਧਾ ਦਿੱਤੀ ਹੈ, ਰਾਈਟ? ਪਹਿਲਾਂ 3,10,000 ਸੀ, ਹੁਣ 3,40 ਕਰਤੀ ਹੈ। ਸੋ ਹੋ ਸਕਦਾ ਉਹਦੇ 'ਚ ਪੇਰੈਂਟਸ ਵੀ ਸ਼ਾਇਦ ਥੋੜ੍ਹਾ ਬਹੁਤ ਵਧਾਉਣ, 20-40 ਵੀ ਕਰ ਸਕਦੇ ਆ, ਕੋਈ ਨੁਕਸਾਨ ਤਾਂ ਹੈ ਨਹੀਂ ਹੁੰਦਾ। ਇਹਦੇ ਵਿੱਚ ਕੀ ਇਹਨਾਂ ਕੋਲ ਬੈਕਲੋਗ ਬਹੁਤ ਜ਼ਿਆਦਾ ਪਿਆ ਹੈ, ਜਾਂ ਇੱਕ ਪੇਰੈਂਟਸ ਦਾ ਜੇ ਕੋਈ ਅਪਲਾਈ ਕਰਦਾ ਉਹਨੂੰ ਕਿੰਨਾ ਕੁ ਟਾਈਮ ਲੱਗਦਾ, ਉਹਦਾ ਪ੍ਰੋਸੈਸ ਟਾਈਮ ਕਿੰਨਾ ਕੈਸ਼ ਵੇਲੇ? ਦੇਖੋ, ਪ੍ਰੋਸੈਸਿੰਗ ਟਾਈਮ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਸੀਗਾ, 4-4, 5-5 ਸਾਲ ਲੱਗਦੇ ਸੀ, ਬਟ ਅਸੀਂ ਜੋ ਪਿਛਲੇ ਸਾਲ ਦੇ ਵਿੱਚ ਦੇਖ ਰਹੇ ਹਾਂ, ਸਾਡੀਆਂ ਪਿਛਲੇ 2 ਸਾਲਾਂ ਜਿਹੜੀਆਂ ਫਾਈਲਾਂ ਸਾਰੀਆਂ ਨਿਕਲ ਗਈਆਂ। ਸਾਲ ਦੇ ਵਿੱਚ, ਸਵਾ ਸਾਲ ਦੇ ਵਿੱਚ ਸਾਰੇ ਬੰਦਿਆਂ ਦੀ PR ਆ ਗਈ ਹੈ। ਹੁਣ ਟਾਈਮ ਨਹੀਂ ਲੱਗਦਾ ਪਿਆ ਹੈਗਾ ਜ਼ਿਆਦਾ। ਜਿਨ੍ਹਾਂ ਨੇ ਸੁਪਰ ਵੀਜ਼ਾ ਵੀ ਅਪਲਾਈ ਕੀਤਾ ਪਿਆ ਅਤੇ ਬੰਦੇ ਕੈਨੇਡਾ ਵਿੱਚ ਵੀ ਹੈਗੇ ਆ, ਉਹਨਾਂ ਨੂੰ ਕੈਨੇਡਾ ਤੋਂ ਵਾਪਸ ਨਹੀਂ ਜਾਣਾ ਪਿਆ, ਉਹਨਾਂ ਦੀ PR ਇੱਥੇ ਹੀ ਆ ਗਈ। ਮੇਰੇ ਆਲਮੋਸਟ 12-13 ਇਹੋ ਜਿਹੇ ਕਲਾਇੰਟ ਸੀਗੇ ਜਿਹੜੇ ਇੱਥੇ ਆਏ ਹੋਏ ਸੀ, ਅਤੇ ਉਹਨਾਂ ਦੀ PR ਵੀ ਅਪਲਾਈ ਹੋਈ ਸੀ, ਅਤੇ ਹੁਣ ਉਹਨਾਂ ਦੀ PR ਵੀ ਆ ਗਈ। ਇਹ ਜਿਹੜਾ ਸਿਸਟਮ ਸੀ ਅਪਲਾਈ ਕਰਨ ਦਾ, ਜਿਹਦੇ ਵਿੱਚ ਕੰਪਿਊਟਰ 'ਤੇ ਅਪਲਾਈ ਹੋਣਾ ਸੀ, ਜਿਹੜਾ ਬੰਦਾ ਕੰਪਿਊਟਰ ਦਾ ਮਾਹਰ ਆ ਉਹੀ ਅਪਲਾਈ ਕਰ ਸਕਦਾ ਸੀ, ਇਹਦੇ ਬਾਰੇ ਤੁਹਾਡਾ ਕੋਈ ਕਮੈਂਟ? ਮੈਂ ਉਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਹੁਤ ਜਿਹੜੇ ਆਮ ਲੋਕ ਆ ਨਾ, ਉਹ ਬੰਦਾ ਇਸ ਨੂੰ, ਜਿਵੇਂ ਕਹਿੰਦੇ ਕਈ ਲੋਕ ਮੋਬਾਈਲਾਂ 'ਤੇ ਕਰ ਲੈਂਦੇ, ਤਾਂ ਉਹ ਤਾਂ ਪੋਸੀਬਲ ਹੀ ਨਹੀਂ ਸੀ। ਕੰਪਿਊਟਰਸ 'ਤੇ ਵੀ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੈ,
ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ ਇਹ, ਜਾਂ ਤਾਂ ਕਿਸੇ ਕੰਸਲਟੈਂਟ ਨੂੰ ਜਾਂ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਜਾਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਹਾਇਰ ਕਰੇ ਤਾਂ ਉਹ ਬੰਦਾ ਆਪਣੇ ਮਾਂ ਪਿਓ ਨੂੰ ਬੁਲਾ ਸਕਦਾ, ਨਹੀਂ ਤਾਂ ਅਦਰਵਾਈਜ਼ ਤੁਹਾਡੇ ਕੋਲ ਕੋਈ ਚਾਂਸ ਨਹੀਂ ਰਹਿ ਜਾਂਦਾ ਕਿ ਤੁਸੀਂ ਕਰ ਸਕੋ। ਮੈਂ ਇਹਨੂੰ ਕੋਈ ਬਹੁਤ ਅੱਛਾ ਰੈਕਮੈਂਡੇਸ਼ਨ ਨਹੀਂ ਦਿੰਦਾ ਜੋ ਇਹਨਾਂ ਨੇ ਸਿਸਟਮ ਲੈ ਕੇ ਆਉਂਦਾ। ਪਹਿਲਾਂ ਤਾਂ ਸਿਸਟਮ ਜ਼ਿਆਦਾ ਬੈਟਰ ਸੀਗਾ ਕਿ ਤੁਸੀਂ ਫਾਈਲ ਬਣਾ ਕੇ ਭੇਜ ਦਿਉ, ਦੇ ਚੈੱਕ ਯੂਅਰ ਫਾਈਲ, ਸਿਲੈਕਟ ਇਟ ਐਂਡ ਡਨ, ਰਾਈਟ, ਤੁਹਾਨੂੰ ਭੇਜ ਦਿੰਦੇ ਆ ਅਤੇ ਠੀਕ ਹੈ ਤੁਹਾਡੇ ਕੋਲ ਟਾਈਮ ਹੈ ਵੀ ਇੱਕ ਤਰੀਕ ਨੂੰ ਅਸੀਂ ਇੰਨੀ ਤਰੀਕ ਨੂੰ ਫਾਈਲਾਂ ਲੈਣੀਆਂ ਸ਼ੁਰੂ ਕਰਨੀਆਂ, ਤਾਂ ਠੀਕ ਹੈ ਇੱਕ ਦਿਨ ਵਿੱਚ ਜਿੰਨੀਆਂ ਫਾਈਲਾਂ ਪਹੁੰਚ ਗਈਆਂ ਤਾਂ ਉਹ ਹੋ ਜਾਣਗੀਆਂ। ਉਹ ਬੈਟਰ ਵੇ ਸੀਗਾ ਜਿਵੇਂ ਕਿ ਹੁਣ ਇਹਨਾਂ ਨੇ ਕਰਤਾ। ਦੂਸਰੀ ਗੱਲ ਹੈ ਜਿਹੜੀ ਤੁਸੀਂ ਐਡਵਰਟਾਈਜ਼ ਕਰੋ ਨਾ ਜ਼ਿਆਦਾ, ਉਹ ਲੋਕ ਉਸ ਦੇ ਪਿੱਛੇ ਜ਼ਿਆਦਾ ਭੱਜਦੇ ਆ। ਸੋ ਜੇ ਇਹਨੂੰ ਤੁਸੀਂ ਬਹੁਤ ਜ਼ਿਆਦਾ ਮਹੱਤਤਾ ਨਾ ਦਿੰਦੇ ਵੀ ਅਸੀਂ 20,000 ਹੀ ਲੈਣੀ ਹੈ, ਤਾਂ ਜੇ ਕਹਿੰਦੇ ਵੀ ਕੋਈ ਗੱਲ ਨਹੀਂ ਜਿੰਨੀਆਂ ਆ ਗਈਆਂ ਰੱਖ ਲਵਾਂਗੇ, ਉਦੋਂ ਬਾਅਦ ਕਹਿੰਦੇ ਵੀ ਅਸੀਂ 20,000 ਸਿਲੈਕਟ ਕਰ ਲਈਆਂ ਅਤੇ ਹੈ ਨਾ ਅਸੀਂ 20,000 ਨੂੰ ਕਰਤਾ, ਤਾਂ ਫਿਰ ਪ੍ਰੋਬਲਮ ਨਹੀਂ ਸੀ ਆਉਣੀ ਲੋਕਾਂ ਨੂੰ, ਕਿਉਂਕਿ ਲੋਕਾਂ 'ਚ ਹਫੜਾ ਦਫੜੀ ਨਹੀਂ ਹੋਣੀ ਸੀ। ਹੁਣ ਲੋਕਾਂ ਨੇ ਕੀ ਕੀਤਾ, ਸਾਡੇ ਕੋਲ ਟੈਕਸ ਪੇਪਰ ਲੈ ਕੇ ਆਏ, ਕੋਈ ਇੱਕ ਸਾਲ ਪਿੱਛੇ ਜਾਂਦਾ ਪਿਆ, ਕੋਈ 2 ਸਾਲ ਪਿੱਛੇ ਜਾਂਦਾ ਪਿਆ, ਟੈਕਸ ਭਰਦਾ ਪਿਆ ਆਪਦੇ ਪੇਰੈਂਟਸ ਨੂੰ ਐਲੀਜੀਬਲ ਕਰਨ ਵਾਸਤੇ। ਸੋ ਇਹ ਸਾਰੇ ਜਿਹੜੇ ਨੇ, ਫਾਇਦਾ ਤਾਂ ਕਿਸੇ ਨੂੰ ਨਹੀਂ ਹੋ ਰਿਹਾ, ਫਾਇਦਾ ਤਾਂ ਮੇਰੇ ਖਿਆਲ 'ਚ ਕੈਨੇਡਾ 'ਚ ਸਿਰਫ ਸੀਰੀਅਨਸ ਨੂੰ ਹੋ ਰਿਹਾ, ਜਿਨ੍ਹਾਂ ਉੱਤੇ ਬਹੁਤ ਜ਼ਿਆਦਾ ਪੈਸਾ ਵੇਸਟ ਕਰ ਰਹੀ ਹੈ ਗਵਰਨਮੈਂਟ।